3 ਗੱਲਾਂ ਤੁਹਾਡੇ ਨਾਲ ਮੈਂ ਕਰਨਾ ਚਾਹੁੰਦਾ ਔਰ ਫਿਰ ਤੁਹਾਡੇ ਵਿਊਜ਼ ਲੈਣਾ ਚਾਹੁੰਦੇ ਹਾਂ ਵਿੱਚ। ਕੋਵਿਡ ਸਟੇਟਸ ਅੱਜ ਦੀ ਇਹ ਹੈ ਕਿ 330 ਕੇਸ ਨੇ ਆਪਣੇ ਔਰ 19 ਮੌਤਾਂ ਹੋਈਆਂ ਨੇ ਆਪਣੇ ਪੰਜਾਬ ਦੇ ਵਿੱਚ। ਇਹ ਜ਼ਰੂਰ ਹੈ ਕਿ ਬਾਕੀ ਸੂਬਿਆਂ ਨਾਲੋਂ ਅਸੀਂ ਘੱਟ ਹੈ, ਲੇਕਿਨ ਫਿਰ ਵੀ 19 ਤਾਂ ਬਹੁਤ ਜ਼ਿਆਦਾ ਨੇ। 19 ਪੰਜਾਬੀਆਂ ਨੂੰ ਆਪਾਂ ਕੋ ਬੈਠੇ ਹਾਂ, ਹੋਣਾ ਨਹੀਂ ਚਾਹੀਦਾ, ਪਰ ਇਹ ਚੱਲ ਰਿਹਾ। ਜੋ ਦੂਜੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਸੀ, ਇਹ ਹੈ ਜਿਹੜਾ ਰਾਸ਼ਨ ਜਾ ਰਿਹਾ ਆਪਾਂ, ਕੋ 10 ਲੱਖ ਬੈਗ ਆਪਾਂ ਨੇ ਭੇਜਤੇ, ਮੇਰਾ ਖਿਆਲ 5 ਲੱਖ ਹੋਰ ਕਰ ਰਹੇ ਆਪਾਂ, ਕਿਉਂਕਿ ਤੁਹਾਡੇ ਲੁਧਿਆਣੇ 10 ਲੱਖ ਤੁਹਾਡਾ ਮਾਈਗਰੈਂਟ ਲੇਬਰ ਹੈ ਔਰ 2 ਲੱਖ ਹੈ ਬਿਟਵੀਨ ਜਲੰਧਰ ਐਂਡ ਅੰਮ੍ਰਿਤਸਰ, 3 ਲੱਖ ਗੋਬਿੰਦਗੜ੍ਹ ਸਾਹਿਬ ਹੈ, ਕੋਈ ਫਗਵਾੜਾ ਹੈ, ਪਟਾਣੇ ਵਗੈਰਾ, ਉੱਥੇ ਥੋੜ੍ਹੀ ਲੇਬਰ ਹੈ, ਲੇਕਿਨ ਓਵਰਆਲ ਮੇਜਰ ਤੁਹਾਡਾ ਲੁਧਿਆਣਾ ਹੈ ਐਂਡ ਦੈਨ ਅੰਮ੍ਰਿਤਸਰ ਐਂਡ ਜਲੰਧਰ, ਇਹ 3 ਜਗ੍ਹਾ ਸੀ। ਸੋ ਲੋਕ ਆਪਣੇ ਪੰਜਾਬੀ ਬਹੁਤ ਵਾਪਸ ਆਉਣਾ ਚਾਹੁੰਦੇ ਨੇ, ਸਾਨੂੰ ਇਹ ਫਿਕਰ ਹੈ, ਅਸੀਂ ਲਿਆਵਾਂਗੇ ਤਾਂ ਸਹੀ ਕਿਉਂਕਿ ਸਾਡੇ ਨੇ ਸਾਰੇ, ਲੇਕਿਨ ਇਹ ਕੁਆਰੰਟੀਨ ਵਾਲਾ ਕੰਮ ਹੈ ਜਿਹੜਾ ਉਹ ਬਲਬੀਰ ਜੀ ਕੋਲ ਜ਼ਿਆਦਾ ਬੋਝ ਆਜੂਗਾ, ਲੇਕਿਨ ਇਹਦੇ ਵਿੱਚ ਅੱਜ ਤੋਂ ਮੇਰਾ ਖਿਆਲ ਆਪਾਂ ਰੱਖਣ ਲੱਗੇ ਹਾਂ ਇਹਨਾਂ ਨੂੰ ਆਪਣੇ ਰਾਧਾ ਸਵਾਮੀ ਸਤਸੰਗ ਭਾਵਨਾ ਦੇ ਵਿੱਚ। ਬਹੁਤ ਰਾਧਾ ਸਵਾਮੀ ਦੇ ਜਿਹੜੇ ਬਾਬਾ ਜੀ ਨੇ ਔਰ ਉਹਨਾਂ ਦੇ ਜਿਹੜੇ ਡੇਰੇ ਨੇ, ਹਰ ਪੱਖੋਂ ਸਾਡੇ ਬੰਦਿਆਂ ਦੀ ਸੇਵਾ ਕਰ ਰਹੇ ਨੇ ਬਹੁਤ ਅੱਛੀ ਤਰ੍ਹਾਂ, ਐਂਡ ਨਾਮਧਾਰੀ ਵਾਲੇ ਵੀ ਔਰ ਨਿਰੰਕਾਰੀ ਵਾਲੇ ਵੀ, ਔਰ ਇਹ ਸਾਡੇ ਬੰਦੇ ਹੁਣ ਜਿਹੜੇ ਆ ਰਹੇ ਨੇ ਕੁਆਰੰਟੀਨ ਗੰਦੇਰ ਸਾਹਿਬ ਵਾਲੇ, ਉਹ ਜਾਣ ਕੇ ਰਾਧਾ ਸਵਾਮੀ ਸਤਸੰਗ ਦੇ ਡੇਰੇ ਵਿੱਚ ਮੈਂ ਦੇਖਦਾ ਰਹਿੰਦਾ। ਆਪ ਜਾਣਦੇ ਹੋ ਤੁਸੀਂ, ਨੈਚੁਰਲੀ ਤੁਹਾਡੀ ਡਿਊਟੀ ਹੈ ਕਿ ਤੁਸੀਂ ਜਾਣਦੇ ਹੋ ਮੰਡੀਆਂ ਦੇ ਵਿੱਚ, ਤੁਸੀਂ ਹੋਰ ਕਿਤੇ ਲੋਕਾਂ ਨੂੰ ਮਿਲਣ ਲਈ, ਬਟ ਪਲੀਜ਼ ਮੇਰੇ ਵੱਲੋਂ ਤੁਸੀਂ, ਹਰ ਬੰਦਾ ਪ੍ਰੈਸ਼ਸ ਹੈ ਮੇਰੇ ਵਾਸਤੇ, ਤੁਸੀਂ ਆਪਣੀ ਪ੍ਰੋਟੈਕਸ਼ਨ ਕਰਕੇ ਜਾਓ ਔਰ ਇਹਦੇ ਵਾਸਤੇ ਇੱਕ ਤਾਂ ਮਾਸਕ ਪਹਿਨ ਕੇ ਨਿਕਲਣਾ ਤੁਸੀਂ, ਐਂ ਨਹੀਂ ਜਾਣਾ, ਔਰ ਫਿਰ ਜਦ ਤੁਸੀਂ ਜਾਂਦੇ ਹੋ ਤੁਸੀਂ ਮੰਡੀ 'ਚ ਉੱਥੇ ਹੱਥ ਧੋ, ਅਤੇ ਜਦ ਛੱਡ ਨਿਕਲਦੇ ਹੋ ਉੱਥੇ ਹੱਥ ਧੋ। ਫਸਲ ਤਾਂ ਆਈ ਥਿੰਕ ਬਾਕੀ ਪ੍ਰੋਕਿਓਰਮੈਂਟ ਤਾਂ ਤੁਹਾਨੂੰ ਦੱਸਣਗੇ, ਲੇਕਿਨ ਵਧਾਈ ਹੋਏ ਤੁਹਾਨੂੰ ਸਾਰਿਆਂ ਨੂੰ। ਅਸੀਂ ਲਾਸਟ ਈਅਰ ਸਾਡੀ 55 ਲੱਖ ਮੈਟ੍ਰਿਕ ਟਨ ਸੀ ਅੱਜ ਦੇ ਦਿਨ, ਔਰ ਅੱਜ ਦੇ ਦਿਨ ਹੈ 57 ਲੱਖ, ਸੋ ਆਪਾਂ ਪਿਛਲੇ ਸਾਲ ਨਾਲੋਂ 2 ਲੱਖ ਮੈਟ੍ਰਿਕ ਟਨ ਵਾਧੂ ਹੈ, ਔਰ ਵਾਹਿਗੁਰੂ ਦੀ ਕਿਰਪਾ ਨਾਲ ਬਾਕੀ ਕੰਮ ਚੱਲਦਾ ਰਹੂਗਾ ਆਪਣਾ ਔਰ ਅੱਛਾ ਚੱਲੂਗਾ। ਜਿਸ ਤਰੀਕੇ ਨਾਲ ਆਸ਼ੂ ਜੀ ਖਰੀਦ ਕਰ ਰਹੇ ਨੇ, ਮੇਰਾ ਖਿਆਲ ਮਿਡਲ ਮੇ ਤੱਕ ਆਪਣੀ ਫਸਲ ਆ ਜਾਣੀ ਹੈ ਸਾਰੀ ਉੱਧਰ, ਇਸ ਤੋਂ ਜ਼ਿਆਦਾ ਵਾਹਿਗੁਰੂ ਬਸ ਆਹ ਮੌਸਮ ਠੀਕ ਰਹੇ, ਬਾਕੀ ਤਾਂ ਸਭ ਠੀਕ ਹੋਊ। ਜੋ ਵੀ ਸਰ ਤੁਸੀਂ ਡਿਸੀਜਨਸ ਲੈਣੇ ਸੀ ਉਹਨੂੰ ਸਟ੍ਰਿਕਟਲੀ ਫੋਲੋ ਕਰ ਰਹੇ ਹਾਂ, ਮੈਂ ਥੋੜ੍ਹਾ ਜਿਹਾ ਬਰੀਫ ਕਰਾਂ ਆਪਣੀ ਡਿਸਟ੍ਰਿਕਟ ਦਾ। ਅਸੀਂ ਸਰ ਸੈਂਪਲਿੰਗ ਪ੍ਰੋਪਰ ਕਰ ਰਹੇ ਹਾਂ, ਸਾਡੇ 777 ਸੈਂਪਲ ਹੋਏ ਨੇ, ਉਹਦੇ ਵਿੱਚੋਂ 664 ਨੈਗੇਟਿਵ ਆਏ ਸਾਡੇ, 24 ਸਰ ਪੋਜ਼ਿਟਿਵ ਆਏ, 24 ਵੀ 9 ਸਾਡੇ ਰਿਕਵਰ ਹੋ ਗਏ, ਉਹਦੇ ਵਿੱਚ ਵੀ 2 ਸਾਡੇ ਹੌਟਸਪੌਟ ਬਣੇ ਸੀ ਸਰ। ਇੱਕ ਜਿਹੜਾ ਪਠਾਨਕੋਟ 'ਚ ਹੌਟਸਪੌਟ ਬਣਿਆ ਸੀ, ਉਹਦੇ ਵਿੱਚ ਸਰ ਅਸੀਂ ਵੋਲੰਟਰਲੀ 219 ਲੋਕਾਂ ਦੇ ਸੈਂਪਲ ਚੁੱਕੇ ਔਰ 219 ਦੇ 19 ਨੈਗੇਟਿਵ ਆਏ। ਕਰਫਿਊ ਨਾ ਲਾਗੂ ਕਰਦੇ ਤਾਂ ਹੋ ਸਕਦਾ ਨਰਿੰਦਰ ਮੋਦੀ ਨਾ ਲਾਗੂ ਕਰਦਾ, ਔਰ ਅੱਜ ਜੋ ਅਮਰੀਕਾ 'ਚ ਹੋ ਰਿਹਾ ਉਹ ਹਾਲਾਤ ਹੀ ਆਪਣੇ ਹੋਣੇ ਸੀ। ਔਰ ਮਹਾਰਾਜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਭ ਤੋਂ ਪਹਿਲਾਂ ਪੰਜਾਬ 'ਚ ਕਰਫਿਊ ਲਿਆਇਆ ਔਰ ਜਿਸ ਵੇਲੇ ਤੁਸੀਂ ਕਰਫਿਊ ਲਗਾਇਆ ਤੇ ਉਸ ਵੇਲੇ ਸਾਰੇ ਬਾਕੀ ਸੀਐਮ ਸੋਚ ਰਹੇ ਸੀ ਤੇ ਤੁਸੀਂ ਉਹ ਕੰਮ ਕਰਕੇ ਦਿਖਾ ਦਿੱਤਾ, ਇਸ ਕਰਕੇ ਸਰ ਪਵਨ ਆਦੀਆ ਦਾ ਤੁਹਾਨੂੰ ਸੈਲੂਟ ਔਰ ਤੁਹਾਡੀ ਟੀਮ ਨੂੰ ਸੈਲੂਟ। ਸਾਰਿਆਂ ਨੇ ਤੁਸੀਂ ਬਹੁਤ ਹੀ ਵਧੀਆ ਜਿਹੜੇ ਆ ਫੈਸਲੇ ਲਏ। ਮੈਂ ਤਾਂ 2-3 ਗੱਲਾਂ ਕਰਨੀਆਂ ਜੀ, ਤੁਹਾਡੀ ਕਰਨੀ ਸੀ ਉਹਨੂੰ ਸਿਰੇ ਚੜਾਇਆ ਔਰ ਪ੍ਰਮਾਤਮਾ ਤੁਹਾਡੀ ਉਮਰ ਦਰਾਜ਼ ਕਰੇ, ਲੰਬੀ ਉਮਰ ਹੋਵੇ, ਕਿਉਂਕਿ ਤੁਹਾਡੀ ਹਿੰਦੁਸਤਾਨ ਨੂੰ ਪੰਜਾਬੀਆਂ ਨੂੰ ਸਖ਼ਤ ਲੋੜ ਆ। ਜਦੋਂ ਜਦੋਂ ਵੀ ਮੁਸੀਬਤ ਆਈ ਹੈ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਤੋਹੀ ਮੋਹੀ ਤੋਂ ਉੱਠ ਕੇ, ਧੜੇਬੰਦੀ ਤੋਂ ਉੱਠ ਕੇ ਲੋਕਾਂ ਦੀ ਬਾਂਹ ਫੜੀ ਆ ਔਰ ਅੱਜ ਇਹ ਅਸੀਂ ਨਹੀਂ ਪੂਰਾ ਹਿੰਦੁਸਤਾਨ ਗੱਲ ਕਰ ਰਿਹਾ ਜੀ। ਮੈਂ ਆਪਣੇ ਆਪ ਨੂੰ ਬੜਭਾਗੀ ਸਮਝਦਾ ਕਿਉਂਕਿ ਮੈਂ ਤੁਹਾਡੀ ਟੀਮ ਦਾ ਇੱਕ ਛੋਟਾ ਜਿਹਾ ਸਿਪਾਹੀ ਹਾਂ ਔਰ ਜਿਹੜੀ ਵੀ ਤੁਸੀਂ ਪ੍ਰਪੋਜ਼ਲ ਬਣਾ ਕੇ ਭੇਜੀ ਆ, ਸਾਡੇ ਸਾਰੇ MLA ਨੇ, ਸਾਡੇ ਸਾਰੇ ਆਫੀਸਰ ਨੇ ਉਹਨੂੰ ਪੂਰਾ ਅਮਲੀ ਜਾਮਾ ਪਹਿਨਾਇਆ। ਉਹਨਾਂ ਦਾ ਪਰਿਵਾਰ ਦੀ ਬੇਟੀ ਜਿਹੜੀ ਉਹ ਇੱਕ ਪੁਆਇੰਟ ਪਾਈ ਗਈ ਸੀ, ਉਹ ਠੀਕ ਹੋ ਕੇ ਘਰ ਚਲੀ ਗਈ ਹੈ ਲੋਹੀਆਂ ਦੇ ਵਿੱਚ। ਇੱਕ ਜਿਹੜਾ ਤੁਸੀਂ ਉਹਨਾਂ ਦੇ ਨਾਂ ਤੇ ਸਾਡਾ ITI ਜਿਹੜਾ ਲੋਹੀਆਂ 'ਚ ਬਣ ਜਾ ਰਿਹਾ ਉਹ ਉਹਨਾਂ ਦੇ ਨਾਂ ਤੇ ਕੀਤੀ, ਮਨਜ਼ੂਰੀ ਦਿੱਤੀ ਆ, ਮੈਂ ਉਸ ਗੱਲ ਦਾ ਵੀ ਥੈਂਕਸ ਕਰਦਾ ਤੁਹਾਡਾ। ਤੁਸੀਂ ਬਹੁਤ ਹੀ ਵੱਡਾ ਫੈਸਲਾ ਲਿਆ,
ਤੇ ਪੰਜਾਬ ਦੇ ਲੋਕ ਤੁਹਾਡੇ ਸ਼ੁਕਰਗੁਜ਼ਾਰ ਆ। ਤੁਸੀਂ ਇੱਕ ਬਹੁਤ ਹੀ ਟਾਈਮ ਦੇ ਉੱਤੇ ਸਾਰਿਆਂ ਨੂੰ ਪਹਿਲਾਂ ਜਿਹੜਾ ਫੈਸਲਾ ਲਿਆ ਉਹਦੇ ਵਿੱਚ ਪੰਜਾਬ ਦਾ ਜਿਹੜਾ ਹੈਗਾ ਬਹੁਤ ਵੱਡਾ ਭਲਾ ਹੋਇਆ। ਟੀਮ ਸਾਹਿਬ ਇਸ ਗੱਲ ਦੀ ਸਾਰੇ ਹੀ ਪ੍ਰਸ਼ੰਸਾ ਕਰ ਰਹੇ ਹੈ ਕਿ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਬੜਾ ਵੱਡਾ ਫੈਸਲਾ ਲਿਆ ਜਿਹੜਾ ਕਿ ਲੋਕਡਾਊਨ ਤੇ ਫਿਰ ਤੁਸੀਂ ਕਰਫਿਊ ਪੰਜਾਬ ਦੇ ਵਿੱਚ ਲਾਇਆ ਜਿਹਦਾ ਕਿ ਆਪਾਂ ਨੂੰ ਬਹੁਤ ਫਾਇਦਾ ਮਿਲਿਆ ਔਰ ਕਿ ਕਾਫੀ ਆਪਾਂ ਕੰਟਰੋਲ ਪੰਜਾਬ ਦੇ ਵਿੱਚ ਹੋਇਆ। ਔਰ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ। ਮੈਂ ਤੁਹਾਨੂੰ ਸੀਐਮ ਸਾਹਿਬ ਪਿਛਲੇ ਦਿਨ ਇੱਕ ਲੈਟਰ ਵੀ ਲਿਖੀ ਸੀਗੀ ਜਿਹੜੇ ਮੇਰੇ ਹਲਕੇ ਤੋਂ ਕਾਫੀ ਜਿਹੜੇ ਲੋਕ ਲੇਬਰ ਸੀ ਜਿਹੜੇ ਰਾਜਸਥਾਨ ਗਏ ਹੋਏ ਸੀਗੇ ਉਹਦੇ ਵਿੱਚੋਂ ਜਿਹੜੇ ਤੁਸੀਂ 2700 ਲੋਕ ਜਿਹੜੇ ਜੈਸਲਮੇਰ ਤੋਂ ਵਾਪਸ ਲਿਆਂਦੇ ਆ ਔਰ ਉਹਦੇ ਚੋਂ ਤਕਰੀਬਨ 1500 ਜਿਹੜੇ ਲੇਬਰ ਸੀ ਮੇਰੇ ਹਲਕੇ ਦੇ ਸੀਗੇ ਮੈਂ ਉਹਦੇ ਲਈ ਵੀ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਵਾਪਸ ਪੰਜਾਬ ਆਏ ਆ ਔਰ ਉਹਨਾਂ ਨੂੰ ਕੁਆਰੰਟਾਈਨ ਕੀਤਾ ਗਿਆ ਪੰਜਾਬ ਦੇ ਬਾਰਡਰ ਦੇ ਉੱਪਰ। ਉਹ ਵੀ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਉਹ ਆਰਡਰ ਕਰਤੇ ਕਿ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾਏ। ਕਿ ਜਿਹੜੀ ਐਡੀ ਵੱਡੀ ਮਹਾਮਾਰੀ ਇਹ ਸਾਡੇ ਤੇ ਆਈ ਆ ਮੈਂ ਕਹਿ ਸਕਦਾ ਕਿ ਅੱਜ ਭਾਰਤ ਦੇ ਵਿੱਚ ਜੇ ਸਭ ਤੋਂ ਇੱਕ ਨੰਬਰ ਦਾ ਨਾਮ ਲਿਆ ਜਾਂਦਾ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਜੀ ਦਾ ਲਿਆ ਜਾਂਦਾ ਕਿ ਇਹਨਾਂ ਨੇ ਬਹੁਤ ਵੱਡਾ ਜਿਹੜਾ ਕੰਟਰੋਲ ਆ ਉਹ ਕੀਤਾ ਅਤੇ ਸਭ ਤੋਂ ਪਹਿਲਾਂ ਜਿਹੜਾ ਡਿਸੀਜਨ ਆ ਉਹ ਪੰਜਾਬ ਦੇ ਵਾਸਤੇ ਤੁਸੀਂ ਲਿੱਤਾ ਜਿਸ ਗੱਲ ਦੀ ਤਾਰੀਫ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ।